ਉਹਨੂੰ ਚਿਰ ਹੋ ਗਿਆ ਗੱਲ ਹੋਈ ਨੂੰ, ਭਰਾਵਾਂ ਨਾਲ ਕੀਤੀ, ਮੇਰੇ ਨਾਲ ਨਹੀਂ ਗੱਲ ਹੋਈ। ਇਸੇ ਗੱਲ ਦਾ ਮੈਨੂੰ ਰੋਣ ਆ, ਮੇਰੇ ਨਾਲ ਗੱਲ ਨਹੀਂ ਹੋਈ, ਮੇਰੇ ਵੀਡੀਓ 'ਤੇ ਮੈਂ ਆਪਣਾ ਬਹੁਤਾ ਚਿਹਰਾ ਵੀ ਨਹੀਂ ਦੇ ਸਕੀ। ਪੂਰੇ ਵਰਲਡ ਦੀ ਸਭ ਤੋਂ ਵੱਡੀ ਸਟੇਜ ਹੈ ਜੀ, ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ। ਇਹ ਬਹੁਤ ਕਾਫੀ ਦੇਰ ਤੋਂ 150 ਸਾਲ ਤੋਂ ਚੱਲਦਾ ਆ ਰਿਹਾ। ਉੱਥੋਂ ਇਹਨਾਂ ਨੇ ਫਸਟ ਪ੍ਰਾਈਜ਼ ਸੀਨੀਅਰ ਕੈਟਾਗਰੀ 'ਚ ਵੀ ਜਿੱਤਿਆ ਸੀਗਾ। ਸੱਤ ਅੱਠ ਸਾਲ ਹੋ ਗਏ। ਤੁਹਾਨੂੰ ਕਦੋਂ ਪਤਾ ਲੱਗਾ ਕਿ ਬੇਟੇ ਦਾ ਇਸ ਤਰ੍ਹਾਂ ਮੌਤ ਹੋ ਗਈ ਆ? ਚਲੋ ਸਾਨੂੰ ਕੱਲ੍ਹ ਪਤਾ ਲੱਗਾ, 11 ਵਜੇ ਪਤਾ ਲੱਗਾ ਕਿ ਬਸ ਉਹਦੀ ਖਤਮ ਹੋ ਗਿਆ, ਪੂਰਾ ਹੋ ਗਿਆ। ਹਾਂਜੀ, ਫੋਨ ਆਇਆ ਸੀ, ਸਾਡੇ ਜੇਠ ਦਾ ਮੁੰਡਾ ਸੀ ਉਹਦੇ ਕੋਲ, ਟਰਾਲਾ ਚਲਾਉਂਦਾ, ਉਹਨਾਂ ਨੂੰ ਮਿਲਣ ਗਿਆ ਸੀ, ਉਹ ਸੀ ਕੋਲ, ਉਹਦੇ ਗਏ ਅਤੇ 11 ਵਜੇ ਫੋਨ ਆਇਆ ਬਸ। ਅਤੇ ਬੇਟੀ ਦੇ ਪਰਿਵਾਰ ਉੱਥੇ ਰਹਿ ਰਹੇ ਨਾਲ? ਪਰਿਵਾਰ ਹਾਂਜੀ, ਸਾਲ ਹੋ ਗਿਆ, 2 ਦਿਨ ਹੋਏ, ਸਾਲ ਹੋਇਆ ਗਿਆ ਨੂੰ। ਉੱਥੇ ਬੇਟਾ ਉਹਦਾ ਅਤੇ ਉਹਦੀ ਜਨਾਨੀ, ਦੋਵੇਂ ਵਾਈਫ, ਦੋਵੇਂ ਇਕੱਠੇ ਉੱਥੇ ਗਏ ਆ, ਸਾਲ ਹੋ ਗਿਆ ਉਹਨਾਂ ਨੂੰ ਗਿਆ ਨੂੰ। ਤੁਹਾਡੀ ਆਪਣੇ ਆਖਰੀ ਵਾਰ ਆਪਣੇ ਪੁੱਤ ਨਾਲ ਗੱਲ ਕਦੋਂ ਹੋਈ ਸੀਗੀ? ਉਹਨੂੰ ਚਿਰ ਹੋ ਗਿਆ ਗੱਲ ਹੋਈ ਨੂੰ, ਭਰਾਵਾਂ ਨਾਲ ਕੀਤੀ, ਮੇਰੇ ਨਾਲ ਨਹੀਂ ਗੱਲ ਹੋਈ। ਇਸੇ ਗੱਲ ਦਾ ਮੈਨੂੰ ਰੋਣ ਆ, ਮੇਰੇ ਨਾਲ ਗੱਲ ਨਹੀਂ ਹੋਈ, ਮੇਰੇ ਵੀਡੀਓ 'ਤੇ ਮੈਂ ਆਪਣਾ ਬਹੁਤਾ ਚਿਹਰਾ ਵੀ ਨਹੀਂ ਦੇਖ ਸਕੀ। ਮੇਰੇ ਤੋਂ ਵੱਡੇ ਬ੍ਰਦਰ ਸੀਗੇ, ਮੇਰੇ ਤੋਂ 1 ਸਾਲ ਵੱਡੇ ਸੀਗੇ ਉਹ। ਕਿਸ ਤਰ੍ਹਾਂ ਉਹਨਾਂ ਸਫ਼ਰ ਹੋਇਆ ਸੀ, ਉਹਨਾਂ ਦਾ ਸ਼ੁਰੂ ਔਰ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ? ਇਹ ਬਚਪਨ 'ਚੋਂ ਸੰਗੀਤ ਦੇ ਨਾਲ ਬਹੁਤ ਜੁੜੇ ਸੀਗੇ ਪਹਿਲੇ, ਅਤੇ ਇੰਡੀਅਨ ਕਲਾਸੀਕਲ ਮਿਊਜ਼ਿਕ ਵਿੱਚੋਂ ਬਹੁਤ ਜ਼ਿਆਦਾ ਇਹ ਕਰਦੇ ਸੀਗੇ। ਬਹੁਤ ਪ੍ਰਾਈਜ਼ ਜਿੱਤੇ ਇਹਨੇ, ਬਾਬਾ ਹਰਿਵੱਲਭ ਵਿੱਚੋਂ ਸੀਨੀਅਰ ਕੈਟਾਗਰੀ 'ਚੋਂ ਫਸਟ ਪ੍ਰਾਈਜ਼ ਜਿੱਤਿਆ, ਜੂਨੀਅਰ 'ਚੋਂ ਸੈਕਿੰਡ ਜਿੱਤਿਆ ਇਹਨਾਂ ਨੇ। ਦੇਸ਼ ਵਿਦੇਸ਼ ਘੁੰਮੇ, ਸਿੰਗਾਪੁਰ, ਬੈਂਕੋਕ, ਮਲੇਸ਼ੀਆ, ਸੰਗੀਤ ਦਾ ਉੱਥੇ ਜਾ ਕੇ ਪ੍ਰਦਰਸ਼ਨ ਕੀਤਾ, ਗੁਰਮੁਖ ਸੰਗੀਤ ਦਾ ਵੀ ਪ੍ਰਦਰਸ਼ਨ ਕੀਤਾ। ਅਤੇ ਕਿੰਨੇ ਸਾਲ ਤੋਂ ਅਮੈਰੀਕਾ 'ਚ ਰਹਿ ਰਹੇ ਸੀ? ਪਿਛਲੇ 7 ਸਾਲ ਤੋਂ ਅਮੈਰੀਕਾ ਦੇ ਵਿੱਚ ਰਹਿ ਰਹੇ ਸੀ। ਕਿਹੜੇ ਸ਼ਹਿਰ 'ਚ? ਇਹ ਐਰਾਜ਼ੋਨਾ ਫੀਨਿਕਸ ਵਿੱਚ ਸੀਗੇ, ਪਹਿਲਾਂ ਨਿਊਯਾਰਕ ਰਹੇ 4 ਸਾਲ, ਉਸ ਤੋਂ ਬਾਅਦ ਵੀ ਐਰਾਜ਼ੋਨਾ ਫੀਨਿਕਸ ਵਿੱਚ ਆ ਗਏ ਸੀ। ਉੱਥੇ ਗੁਰੂ ਘਰ ਦੇ ਵਿੱਚ ਸੰਗੀਤ ਦੀ ਵਿੱਦਿਆ ਬੱਚਿਆਂ ਨੂੰ ਤਲੀਮ ਦਿੰਦੇ ਸੀਗੇ। ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਬ੍ਰਦਰ ਕਿਸ ਤਰ੍ਹਾਂ ਮੌਤ ਹੋਈ? ਕੋਈ ਪਤਾ ਨਹੀਂ ਸੀਗਾ ਜੀ। ਕਿੱਦਾਂ ਪਤਾ ਲੱਗਾ? ਸਾਨੂੰ ਸਾਡੇ ਉੱਥੇ ਬ੍ਰਦਰ, ਸਾਡੇ ਰਿਸ਼ਤੇਦਾਰ ਸੀਗੇ ਉੱਥੇ ਪਹੁੰਚੇ ਸੀ, ਉਹ ਕੁਦਰਤੀ ਹਾਦਸਾ ਮਾਹੌਲ ਕਰਦੇ, ਕਹਿੰਦੇ ਯਕਦਮ ਇੱਕ ਸਾਇਲੈਂਟ ਅਟੈਕ ਹੋਇਆ ਉੱਥੇ, ਐਂਬੂਲੈਂਸ ਆਈ ਉੱਥੇ, ਗੁਰੂ ਘਰ ਦੀ ਕਮੇਟੀ ਸੱਦੀ, ਗਈ ਹਸਪਤਾਲ ਲੈ ਕੇ ਗਏ ਉਹਨਾਂ ਨੂੰ, ਸਾਇਲੈਂਟ ਅਟੈਕ ਸਿਰਫ 20-25 ਮਿੰਟ ਦੀ ਖੇਡ ਹੋਈ, ਨਾ ਬਿਮਾਰ ਸੀ, ਨਾ ਕੋਈ ਸ਼ੂਗਰ, ਕੋਈ ਪ੍ਰੋਬਲਮ ਕੋਈ ਨਹੀਂ ਸੀ ਇਹਨਾਂ ਨੂੰ, ਸਾਇਲੈਂਟ ਅਟੈਕ ਉਹਨਾਂ ਨੂੰ ਵਰਤਿਆ। ਸੰਸਕਾਰ ਦਾ ਭਾਜੀ ਉਹਨਾਂ ਦੇ ਕਿਸ ਸੰਸਕਾਰ ਇੱਦਾਂ ਸੀ ਭਾਈ ਸਾਹਿਬ ਜੀ, ਸਾਡਾ ਛੋਟਾ ਭਾਈ ਸਾਹਿਬ ਜਿਹੜਾ ਉਹ ਨਿਊਯਾਰਕ ਤੋਂ ਹੁਣੇ ਆਇਆ ਇੱਥੇ 2 ਮਹੀਨੇ, ਅਤੇ 10-15 ਦਿਨ ਰਹਿਣਾ ਸੀ ਇੱਥੇ ਉਹਨੇ, ਅਤੇ ਸਡਨਲੀ ਜਿੱਦਾਂ ਡੈਥ ਹੋਈ ਉਹਨਾਂ ਦੀ, ਸਾਨੂੰ ਉੱਥੇ ਭੇਜਣਾ ਪਿਆ। ਅਤੇ ਗੁਰੂ ਘਰ ਦੀ ਕਮੇਟੀ ਕਹਿੰਦੀ ਵੀ ਤੁਸੀਂ ਆਪਣੇ ਪਰਿਵਾਰ ਵਿੱਚੋਂ ਭੇਜੋ ਕਿਸੇ ਨੂੰ, ਵੀ ਅਸੀਂ ਡਿਸੀਜ਼ਨ ਲੈਂਦੇ ਹਾਂ ਵੀ ਅਸੀਂ ਫਿਊਨਰਲ ਕਦੋਂ ਕਰੀਏ ਉਹਨਾਂ ਦਾ। ਅਤੇ ਅੱਜ ਛੋਟੇ ਭਰਾ ਰਣਵੀਰ ਸਿੰਘ ਨੂੰ ਉੱਥੇ ਭੇਜ ਦਿੱਤਾ, ਪਰਸੋਂ ਚੌਥ ਨੂੰ ਪਤਾ ਲੱਗੇਗਾ ਵੀ ਅਗਲਾ ਡਿਸੀਜ਼ਨ ਕੀ ਹੈ। ਤੁਹਾਡੇ ਬ੍ਰਦਰ ਨੇ ਜਿਹੜੇ ਇਨਾਮ ਜਿੱਤੇ ਹੋਏ ਆ, ਇਹ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ, ਕਿੱਥੋਂ ਕਿੱਥੋਂ ਲਏ ਸੀਗਾ? ਇਹ ਜੀ ਪੂਰੇ ਵਰਲਡ ਦੀ ਸਭ ਤੋਂ ਵੱਡੀ ਸਟੇਜ ਹੈ ਜੀ, ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ। ਇਹ ਬਹੁਤ ਕਾਫੀ ਦੇਰ ਤੋਂ 150 ਸਾਲ ਤੋਂ ਚੱਲਦਾ ਆ ਰਿਹਾ। ਉੱਥੋਂ ਇਹਨਾਂ ਨੇ ਫਸਟ ਪ੍ਰਾਈਜ਼ ਸੀਨੀਅਰ ਕੈਟਾਗਰੀ 'ਚ ਵੀ ਜਿੱਤਿਆ ਸੀਗਾ।
ਇਹ ਜੂਨੀਅਰ ਕੈਟਾਗਰੀ 'ਚ ਇਹ ਦਿੱਤਾ ਸੀ ਉਹਨਾਂ ਨੂੰ। ਅਤੇ ਹੋਰ ਵੀ ਬਹੁਤ ਸਨਮਾਨ ਇੱਦਾਂ ਦੇ ਪਏ ਜਿਹੜੇ ਪਤਾ ਹੀ ਨਹੀਂ ਉੱਲੀ ਲੱਗ ਗਈ, ਬਹੁਤ ਪਤਾ ਨਹੀਂ ਲੱਗਾ, ਬਹੁਤ ਜ਼ਿਆਦਾ ਹਰ ਦੇਸ਼ 'ਚੋਂ ਸਨਮਾਨ ਮਿਲਿਆ। ਜਦੋਂ ਕਰੋਨਾ ਹੋਇਆ 18 ਦੇ ਵਿੱਚ ਇਹ ਅਮਰੀਕਾ ਗਏ, ਅਮਰੀਕਾ 'ਚ ਗਏ 'ਚ ਉਹਨਾਂ ਨੇ ਉੱਥੇ ਵੀ ਇਹਨਾਂ ਦੇ ਦੋਸਤ ਮਿੱਤਰ ਬਹੁਤ ਬਣੇ, ਜਿਨ੍ਹਾਂ ਨੇ ਕਿ ਬਈ ਇਹਨਾਂ ਨੂੰ ਬੜਾ ਪਿਆਰ ਦਿੱਤਾ, ਮਾਣ ਦਿੱਤਾ, ਅਤੇ ਸਾਨੂੰ ਅਤੇ ਪੰਥ ਨੂੰ ਅਤੇ ਪਰਿਵਾਰ ਨੂੰ ਅਤੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਇਹਨਾਂ ਦਾ ਘਾਟਾ ਪਿਆ।